ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਹਾਰਟ। ਤੁਹਾਡਾ ਸਮਾਲ ਟਾਕ ਚੈਨਲ ਦੇ ਇਸ ਐਪੀਸੋਡ ਵਿੱਚ ਬਹੁਤ ਜ਼ਿਆਦਾ ਸਵਾਗਤ ਹੈ। ਅਤੇ ਅੱਜ ਅਸੀਂ ਗੱਲ ਕਰਾਂਗੇ ਕਿ ਜਦੋਂ ਅਸੀਂ ਕੈਨੇਡਾ ਆਏ, ਸਾਨੂੰ ਆਏ ਨੂੰ ਵੈਸੇ 3 ਸਾਲ ਹੋ ਗਏ ਆ, ਪਰ ਜਦੋਂ ਅਸੀਂ ਪਹਿਲੀ ਵਾਰੀ ਆਏ ਸੀਗੇ ਇੱਥੇ, ਤਾਂ ਉਦੋਂ ਸਾਡੇ ਫਸਟ ਇੰਪ੍ਰੈਸ਼ਨ ਕੈਨੇਡਾ ਦੇ ਜਿਹੜੇ ਆ ਉਹ ਕੀ ਸੀਗੇ। ਅਤੇ ਜਿਹੜੀ ਸਭ ਤੋਂ ਪਹਿਲੀ ਚੀਜ਼ ਅਸੀਂ ਨੋਟਿਸ ਕੀਤੀ ਇੱਥੇ ਡਿਫਰੈਂਟ ਆ, ਉਹ ਇਹ ਆ ਕਿ ਜਿਹੜੀਆਂ ਸਟਰੀਟਸ ਨੇਮਸ ਆ ਜਾਂ ਜਿਹੜੇ ਗਲੀਆਂ ਦੇ ਨਾਮ ਆ ਉਹ ਬਹੁਤ ਜ਼ਿਆਦਾ ਜਿਹੜੇ ਫਰਕ ਆ, ਕਿਉਂਕਿ ਇੱਥੇ ਸਾਰਾ ਕੁਛ ਇੰਗਲਿਸ਼ ਦੇ ਵਿੱਚ ਆ, ਜਿਹੜਾ ਸਾਨੂੰ ਯਾਦ ਕਰਨਾ ਥੋੜ੍ਹਾ ਜਿਹਾ ਔਖਾ ਲੱਗਦਾ ਸੀਗਾ ਸ਼ੁਰੂ ਦੇ ਵਿੱਚ। ਇੰਡੀਆ ਦੇ ਵਿੱਚ ਤਾਂ ਅਸੀਂ ਉਹੀ ਜਿੱਦਾਂ ਮਟਕਾ ਚੌਂਕ, ਚੌੜਾ ਬਾਜ਼ਾਰ, ਇੱਦਾਂ ਦੇ ਨਾਮ ਹੀ ਯਾਦ ਕਰਨੇ ਹੁੰਦੇ ਸੀ, ਪਰ ਇੱਥੇ ਆ ਕੇ ਸ਼ੈਲਬਰਨ, ਮਕੈਂਜੀ, ਇਨਵਰਨੈਸ, ਇੱਦਾਂ ਦੀਆਂ ਗਲੀਆਂ ਜਿਹੜੀਆਂ ਉਹਨਾਂ ਦੇ ਨਾਮ ਯਾਦ ਕਰਨੇ ਥੋੜ੍ਹੇ ਡਿਫੀਕਲਟ ਲੱਗੇ ਸੀਗੇ। ਦੂਜੀ ਚੀਜ਼ ਜਿਹੜੀ ਅਸੀਂ ਬਹੁਤ ਇੱਕ ਨੋਟਿਸ ਕੀਤੀ, ਸ਼ਾਰਪ ਡਿਫਰੈਂਸ ਆ ਇੰਡੀਆ ਨਾਲੋਂ, ਉਹ ਇਹ ਹੈ ਕਿ ਇੱਥੇ ਜਦੋਂ ਅਸੀਂ ਚੀਜ਼ਾਂ ਖਰੀਦਦੇ ਹਾਂ, ਕੋਈ ਵੀ ਇੱਕ ਚੀਜ਼ ਦਾ ਪ੍ਰਾਈਸ ਜਿਹੜਾ ਉਹ ਸੇਮ ਨਹੀਂ ਰਹਿੰਦਾ। ਇੱਥੇ ਦਿਨੋਂ ਦਿਨ ਜਿਹੜਾ ਹਰ ਰੋਜ਼ ਵੱਖਰਾ ਵੱਖਰਾ ਪ੍ਰਾਈਸ ਜਿਹੜਾ ਇੱਕ ਹੀ ਚੀਜ਼ ਦਾ ਜਿਹੜਾ ਬਦਲ ਸਕਦਾ ਆ। ਜਦੋਂ ਤੁਸੀਂ ਇੱਕ ਚੀਜ਼ ਜਿਹੜੀ ਇੱਕ ਸਟੋਰ ਤੋਂ ਜਾ ਕੇ ਦੂਜੇ ਸਟੋਰ 'ਤੇ ਚੈੱਕ ਕਰਦੇ ਹਾਂ, ਤਾਂ ਉੱਥੇ ਵੀ ਜਿਹੜਾ ਪ੍ਰਾਈਸ ਜਿਹੜਾ ਤੁਹਾਨੂੰ ਦੋ ਸਟੋਰਾਂ ਦਾ ਆਪਸ ਜਿਹੜਾ ਡਿਫਰੈਂਟ ਮਿਲਦਾ ਆ। ਇੱਕ ਦਿਨ ਅਸੀਂ ਡਰਾਈਵ ਕਰਦੇ ਪਏ ਸੀ, ਮੈਨੂੰ ਯਾਦ ਆ ਇੱਕ ਪੈਟਰੋਲ ਪੰਪ ਸੀਗੇ ਆਮੋ ਸਾਹਮਣੇ, ਦੋਨਾਂ ਦੇ ਵਿੱਚ ਜਿਹੜੇ ਤੇਲ ਦਾ ਪ੍ਰਾਈਸ ਆ ਉਹ ਵੱਖਰਾ ਵੱਖਰਾ ਚੱਲਦਾ ਪਿਆ ਸੀ ਸੇਮ ਟਾਈਮ ਦੇ ਉੱਤੇ। ਅਤੇ ਕਾਫੀ ਜਿਹੜੀ ਹੈਰਾਨੀ ਵਾਲੀ ਗੱਲ ਸੀਗੀ, ਮੇਨਲੀ ਇਹ ਕਿਉਂਕਿ ਇੱਥੇ ਮਾਰਕੀਟ ਇਕਾਨਮੀ ਆ, ਇਸ ਕਰਕੇ ਇਹ ਫਰਕ ਆ। ਤੀਜੀ ਚੀਜ਼ ਜਿਹੜੀ ਆ ਉਹ ਵੈਸੇ ਤਾਂ ਹੈਗੀ ਤਾਂ ਮਜ਼ਾਕ ਵਾਲੀ ਗੱਲ ਹੀ ਆ, ਪਰ ਇੰਡੀਆ ਦੇ ਵਿੱਚ ਜਿੱਦਾਂ ਸਾਡਾ ਚਿਕਨ ਜਦੋਂ ਅਸੀਂ ਘਰੇ ਬਣਾਉਂਦੇ ਹਾਂ ਤਾਂ ਸਾਨੂੰ ਐਂ ਲੱਗਦਾ ਕਿ ਚਿਕਨ ਬੜੀ ਸ਼ਾਨ ਵਾਲੀ ਚੀਜ਼ ਆ, ਅਤੇ ਆਏ ਗਏ ਪ੍ਰਾਹੁਣਿਆਂ 'ਤੇ ਬਣਾਇਆ ਜਾਂਦਾ ਅਤੇ ਜਾਂ ਫਿਰ ਹਫ਼ਤੇ 'ਚ ਇੱਕ ਦੋ ਵਾਰੀ ਬਣਾਉਂਦੇ ਹਾਂ, ਵੀ ਮਹਿੰਗੀ ਚੀਜ਼ ਆ। ਪਰ ਇੱਥੇ ਜਿਹੜਾ ਚਿਕਨ ਜਿਹੜਾ ਉਹ ਕਾਫੀ ਚੀਪ ਆ, ਪਰ ਗੋਭੀ ਜਿਹਨੂੰ ਕਿ ਇੰਡੀਆ ਦੇ ਵਿੱਚ ਅਸੀਂ ਕੁਛ ਸਮਝਦੇ ਵੀ ਨਹੀਂ, ਉੱਥੇ ਕੋਈ ਉਹਦੀ ਕਦਰ ਨਹੀਂ ਕਰਦਾ, ਇੱਥੇ ਜਿਹੜੀ ਗੋਭੀ ਆ ਉਹ ਬੜੀ ਮਹਿੰਗੀ ਆ ਅਤੇ ਇੱਥੇ ਚਿਕਨ ਸਸਤਾ ਆ। ਸੋ ਇਹ ਸੀਗੀਆਂ ਸਾਡੇ ਜਿਹੜੇ ਫਸਟ 3 ਇੰਪਰੈਸ਼ਨ, ਜਿਹੜੇ ਸਾਨੂੰ ਬਹੁਤ ਜਿਹੜੇ ਇੱਕਦਮ ਲੱਗੇ ਕਿ ਅਟਪਟੀਆਂ ਚੀਜ਼ਾਂ ਜਾਂ ਡਿਫਰੈਂਟ ਆ ਇੰਡੀਆ ਨਾਲੋਂ। ਅਸੀਂ ਹੋਰ ਵੀ ਗੱਲਾਂ ਡਿਸਕਸ ਕਰਾਂਗੇ ਸਾਡੇ ਕੈਨੇਡਾ ਦੇ ਕੀ ਇੰਪਰੈਸ਼ਨ ਸੀਗੇ ਆਉਣ ਵਾਲੀਆਂ ਹੋਰ ਵੀਡੀਓਜ਼ ਦੇ ਵਿੱਚ। ਅਸੀਂ ਫਿਰ ਜਲਦੀ ਮਿਲਦੇ ਹਾਂ। ਬਾਏ ਜੀ, ਸਤਿ ਸ਼੍ਰੀ ਅਕਾਲ, ਆਪਣਾ ਖਿਆਲ ਰੱਖਿਓ।